ਚੰਦ ਚੰਦ ਗਿਣਤੀ ਦੇ ਬੰਦੇ ਨੇ ਸਾਡੇ ਕੋਲ ਜਿਹੜੇ ਸਟੇਟ ਦੀ ਨੀਤੀਆਂ ਨੂੰ ਸਮਝਦੇ ਨੇ, ਉਹਦੇ ਚੋਂ ਵੀ ਚੰਦ ਨੇ ਜਿਹੜੇ ਸਟੇਟ ਦੀ ਨੀਤੀਆਂ ਨੂੰ ਸਮਝ ਕੇ ਅੱਗੇ ਸਮਝਾ ਸਕਦੇ ਨੇ, ਤੇ ਉਂਗਲਾਂ ਦੇ ਗਿਣਨ ਵਾਲੇ ਨੇ ਜਿਹੜੇ ਉਹਨਾਂ ਨੀਤੀਆਂ ਨੂੰ ਮੂੰਹ ਤੋੜ ਜਵਾਬ ਦੇ ਕੇ ਉਹਨਾਂ ਦੇ ਖਿਲਾਫ ਲੜ ਸਕਦੇ ਨੇ। ਸੋ ਉਹਨਾਂ ਨੂੰ ਬਚਾਈਏ, ਇਹ ਸਾਡੇ ਕੌਮ ਦਾ ਸਰਮਾਇਆ ਹੈ। ਨੌਜਵਾਨ ਇਹ ਸਟੇਟ ਦੀ ਨੀਤੀਆਂ ਨੂੰ ਸਮਝਦੇ ਨੇ, ਅੱਗੇ ਸਮਝਾ ਸਕਦੇ ਨੇ ਤੇ ਲੜਨ ਦੀ ਜੁਰਤ ਰੱਖਦੇ ਨੇ। ਇਹਨਾਂ ਦੀ ਜਾਨ ਸਾਡੇ ਲਈ ਕੀਮਤੀ ਹੈ, ਇਹ ਮਤਾ ਜ਼ਰੂਰ ਪਾਇਓ। ਸੋ ਇਹ ਜਿਹੜੀ ਸਿੱਖਾਂ ਦੇ ਵਿੱਚ ਇੱਕ ਕਿਸਮ ਪੈਦਾ ਹੋਈ ਹੈ, ਜਿਹੜੀ ਹਰ ਗੱਲ ਦੇ ਵਿੱਚ ਸਾਨੂੰ ਹੀ ਦੋਸ਼ੀ ਮੰਨਦੀ ਹੈ ਕਿ ਸਾਡਾ ਹੀ ਕੋਈ ਨਾ ਕੋਈ ਦੋਸ਼ ਹੋਏਗਾ, ਸਰਕਾਰ ਪਾਗਲ ਥੋੜ੍ਹੀ ਹੈ ਜਿਹੜੀ ਡਿਬਰੂਗੜ੍ਹ ਭੇਜ ਦਿੰਦੀ ਉਹਨਾਂ ਨੂੰ। ਇਸ ਕਿਸਮ ਦੇ ਉੱਤੇ ਪੂਰਾ ਇਹਨਾਂ ਨੂੰ ਪੰਥਕ ਸਿਆਸਤ ਦੇ ਵਿੱਚੋਂ ਲਾਂਭੇ ਕਰਨ ਦੀ ਲੋੜ ਹੈ। ਜਿਹੜੇ ਪਬਲਿਕ ਡੋਮੇਨ ਦੇ ਵਿੱਚ ਆ ਕੇ ਸਾਡਾ ਹੀ ਕਸੂਰ ਕੱਢਦੇ ਨੇ, ਦੋਸ਼ੀ ਵੀ ਸਾਨੂੰ ਦੱਸਦੇ ਨੇ ਤੇ ਵਿਕਟਮ ਵੀ ਸਾਨੂੰ ਦੱਸਦੇ ਨੇ, ਇੱਕ ਠੋਕ ਕੇ ਕਹਿੰਦੇ ਆ ਚਾਹੇ ਸਾਡੇ ਪੰਥਕ ਨੇ ਚਾਹੇ ਰਾਸੀ ਨੇ, ਜਿਉਂਦਾ ਨਹੀਂ ਉਹ ਜਿਹੜਾ ਚੁੱਪ ਹੈ, ਵੇਖੋ ਕਿਹੜਾ ਕਿਹੜਾ ਚੁੱਪ ਹੈ। ਬੋਲ ਜੀਪੇ ਚੰਦਰੀਏ ਬੋਲ, ਪਿੱਛੇ ਸਾਰਾ ਵਿਹੜਾ ਚੁੱਪ ਹੈ। ਕੋਈ ਰਾਸ਼ਟਰੀ ਪਾਰਟੀ 15 ਦਿਨ ਸੈਸ਼ਨ ਚੱਲਿਆ ਵਿਧਾਨ ਸਭਾ ਦਾ, ਜੇ ਇਸ ਮਨੁੱਖੀ ਅਧਿਕਾਰਾਂ ਦੇ ਮਸਲੇ ਤੇ ਕਿਸੇ ਨੇ ਜ਼ੁਬਾਨ ਵੀ ਖੋਲੀ ਹੋਵੇ ਸੁਖਪਾਲ ਸਿੰਘ ਖਹਿਰੇ ਤੋਂ ਇਲਾਵਾ ਤੇ ਨਾ ਲਓ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਸਟੇਜ ਦੇ ਪ੍ਰਬੰਧਕਾਂ ਵੱਲੋਂ ਤੇ 5 ਮਿੰਟ ਬਾਪੂ ਜੀ ਦੇ ਹੁਕਮ ਅਨੁਸਾਰ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਵੱਲੋਂ ਹੁਕਮ ਹੋਇਆ। ਮੈਂ ਆਪਣੀ ਗੱਲ ਨੂੰ, ਉਹ ਗੱਲ ਜਿਹੜੀ ਆ ਸਾਡੇ ਦਿਲਾਂ ਦੇ ਵਿੱਚ ਹੈ ਪਰ ਅਸੀਂ ਮਾਈਕ ਤੋਂ ਬੋਲਣ ਤੋਂ ਝਿਜਕ ਰਹੇ ਹਾਂ ਕਿ ਸਾਡੀ ਭਾਸ਼ਣ ਦੇ ਦੌਰਾਨ ਕਿਤੇ ਜਕਾਰਾ ਨਾ ਰਹਿ ਜਾਵੇ। ਸੋ ਮੈਂ ਥੋੜ੍ਹੀ ਪਹਿਲਾਂ ਹੀ ਬੇਨਤੀ ਕਰ ਦਿੰਦਾ ਵੀ ਕਿਸੇ ਜਕਾਰੇ ਦੀ ਉਮੀਦ ਤੋਂ ਬਿਨਾਂ ਕੁਛ ਜ਼ਮੀਨੀ ਪੱਧਰ 'ਤੇ ਹਕੀਕੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ। ਇਸ ਇੱਕ ਮਹੀਨੇ ਦੇ ਦੌਰਾਨ ਜਿਹੜੀ ਇੱਕ ਸਿਆਸੀ ਚੁੱਪ ਹੈ ਸਾਡੇ ਮਨੁੱਖੀ ਅਧਿਕਾਰਾਂ ਦੇ ਮਸਲੇ ਦੇ ਉੱਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ, ਔਰ ਸਿੱਧੇ ਤੌਰ ਤੇ ਇਸ ਕੇਸਾਂ ਨਾਲ ਸੰਬੰਧਿਤ ਜਿਹੜੀ ਡਿਸੀਜਨ ਮੇਕਰ ਪਾਰਟੀ ਹੈ ਸੈਂਟਰ ਦੀ, ਉਹਦਾ ਇੱਕੋ ਇੱਕ ਪੰਜਾਬ ਦੇ ਵਿੱਚ ਕੇਂਦਰੀ ਮੰਤਰੀ ਹੈ, ਅਸੀਂ ਉਹਨਾਂ ਨਾਲ ਵੀ ਜਾ ਕੇ ਮੁਲਾਕਾਤ ਕੀਤੀ 3 ਵਾਰ। ਔਰ ਸੱਚਾਈ ਇਹ ਹੈ ਕਿ ਇਹ ਕੇਂਦਰੀ ਮੰਤਰੀ ਦਾ ਇੱਕ ਆਪਣਾ ਰਿਪਲਾਈ ਹੈ ਵੀ ਇਸ ਮੁੱਦੇ ਤੇ ਹਾਲੇ ਤੱਕ ਕੇਂਦਰ ਸਰਕਾਰ ਮਸਲਾ ਹੱਲ ਕਰਨ ਬਾਰੇ ਸੋਚ ਵੀ ਨਹੀਂ ਰਹੀ, ਬਲਕਿ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਇਹ ਇੱਕ ਸੱਚਾਈ ਹੈ। ਆਪਣੀ ਅਗਲੀ ਰਣਨੀਤੀ ਘੜਨ ਤੋਂ ਪਹਿਲਾਂ ਸਾਨੂੰ ਜ਼ਮੀਨੀ ਹਕੀਕਤ ਪਤਾ ਹੋਣੀ ਚਾਹੀਦੀ ਹੈ ਕਿ ਅਸੀਂ ਜੋ ਕਰਨ ਜਾ ਰਹੇ ਹਾਂ ਉਹਦਾ ਰਿਜ਼ਲਟ ਕੀ ਨਿਕਲੇਗਾ ਤੇ ਅਸੀਂ ਕੱਢਣਾ ਕੀ ਚਾਹੁੰਦੇ ਹਾਂ। ਸੱਚਾਈ ਇਹ ਹੈ ਕਿ ਜਿੰਨਾ ਲੰਬਾ ਇਹ ਸੰਘਰਸ਼ ਦਿਸ ਰਿਹਾ ਉਸ ਹਿਸਾਬ ਨਾਲ ਅੱਜ ਦੇ ਹਾਲਾਤਾਂ ਦੇ ਵਿੱਚ ਹੋਰ 10 ਦਿਨ ਕੱਢਣੇ ਵੀ ਔਖੇ ਨੇ। ਜੇ ਅਸੀਂ ਇਹ ਕਹੀਏ ਕਿ ਆਪਣੇ ਸਿਆਸੀ ਰਾਸ਼ੀ ਇਹਨਾਂ ਸਿੱਖ ਕੈਦੀ ਆਪਣੇ ਭਰਾਵਾਂ ਦੀ ਭੁੱਖ ਹੜਤਾਲ ਦੇ ਆਸਰੇ ਅਸੀਂ ਸੰਘਰਸ਼ ਨੂੰ ਹੋਰ 15 ਦਿਨ ਵੀ ਖਿੱਚ ਜਾਵਾਂਗੇ ਤੇ ਮੈਨੂੰ ਇਹ ਔਖਾ ਨਜ਼ਰ ਆ ਰਿਹਾ। ਸਾਡਾ ਅਸਲ ਮਕਸਦ ਉਹਨਾਂ ਨੂੰ ਆਪਣੀ ਧਰਤੀ ਤੇ ਪੰਜਾਬ ਤੇ ਲੈ ਕੇ ਆਉਣਾ ਤੇ ਜੇ ਉਹ ਜਿਉਂਦੇ ਬਚਣਗੇ ਤਾਂ ਲੈ ਕੇ ਆਵਾਂਗੇ। ਸੋ ਇਹਦੇ ਲਈ ਅੱਜ ਦਾ ਇਕੱਠ ਵਿਚਾਰ ਕਰੇ, ਹੁਕਮ ਕਰੇ ਉਹਨਾਂ ਸਾਡੇ ਭਰਾਵਾਂ ਨੂੰ ਕਿ ਉਹ ਆਪਣੀ ਭੁੱਖ ਹੜਤਾਲ ਖਤਮ ਕਰਨ, ਔਰ ਜਿਹੜਾ ਵੀ ਅਗਲਾ ਸੰਘਰਸ਼ ਉਲੀਕਣਾ ਚਾਹੇ ਸਬ ਕਮੇਟੀ ਉਲੀਕੇ, ਚਾਹੇ ਪੰਜ ਸਿੰਘ ਸਾਹਿਬਾਨ ਉਲੀਕਣ, ਚਾਹੇ ਚੋਣ ਲੜਾਓ, ਚਾਹੇ ਮੋਰਚੇ ਲਾਓ, ਜੋ ਵੀ ਸੰਘਰਸ਼ ਕਰਨਾ ਹੈ ਸੰਗਤ ਨੇ ਪ੍ਰਵਾਨਗੀ ਦੇ ਦਿੱਤੀ ਹੈ ਵੀ ਅਸੀਂ ਨਾਲ। ਹੁਣ ਕਮੇਟੀ ਦੇਖੇ ਕਿ ਉਹਨਾਂ ਨੇ ਪੰਜ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਵਿੱਚ ਕਰਨਾ ਜਾਂ ਕਮੇਟੀ ਵੱਲੋਂ ਕੋਈ ਸੰਘਰਸ਼ ਉਲੀਕਣਾ, ਪਰਿਵਾਰਾਂ ਨੂੰ ਇਸ ਸੰਘਰਸ਼ ਦੀ ਅਗਵਾਈ ਤੋਂ ਸਾਈਡ ਤੇ ਕਰੀਏ, ਉਹਨਾਂ ਨੂੰ ਨਾਲ ਜੋੜੀਏ, ਉਹਨਾਂ ਦੇ ਸਿਰ ਜ਼ਿੰਮੇਵਾਰੀ ਨਾ ਪਾਈਏ। ਇਹ ਸੰਭਵ ਨਹੀਂ ਹੈ ਇੰਨੇ ਲੰਬੇ ਸੰਘਰਸ਼ ਕਰਨੇ ਪਰਿਵਾਰਾਂ ਲਈ। ਔਰ ਆਪਣੇ ਆਲੇ ਦੁਆਲੇ ਝਾਤ ਮਾਰੀਏ, ਅਗਲੇ 24 ਘੰਟੇ ਬਾਅਦ ਸਿਰਫ ਅੱਜ ਦਾ ਦਿਨ ਬਚਿਆ, ਤੁਹਾਡੇ ਜਿਸ ਵੀ ਪਿੰਡ ਜਾਂ ਮੁਹੱਲੇ 'ਚ ਰਹਿੰਦੇ ਹੋ, ਗਨਮੈਨਾਂ ਦੀ ਫੌਜ ਨਾਲ ਹਰ ਹੱਲ ਕਰਦੀਆਂ ਲਾਲ ਰੰਗ ਦੀਆਂ ਗੱਡੀਆਂ, ਲਾਲ ਬੱਤੀ ਵਾਲੀਆਂ ਗੱਡੀਆਂ ਤੁਹਾਡੇ ਘਰਾਂ ਅੱਗੇ ਹੱਥ ਜੋੜਨ ਵਾਲੇ ਆਉਣੇ ਨੇ, ਉਹਨਾਂ ਦੀ ਜਵਾਬ ਤਲਬੀ ਕਰੋ। ਇਹ ਵੀ ਇੱਕ ਸੰਘਰਸ਼ ਦਾ ਹਿੱਸਾ ਹੋ ਸਕਦਾ ਹੈ।
ਔਰ ਇਸ ਮਹੀਨੇ ਦੇ ਵਿੱਚ ਇਹ ਝਾਤ ਮਾਰੋ ਔਰ ਸਿੱਧਾ ਸਿੱਧਾ ਹਲੂਣਾ ਦਿਓ। ਅਸੀਂ ਇੱਕ ਠੋਕ ਕੇ ਕਹਿੰਦੇ ਹਾਂ, ਚਾਹੇ ਸਾਡੇ ਪੰਥਕ ਨੇ ਚਾਹੇ ਰਾਸੀ ਨੇ, ਜਿਉਂਦਾ ਨਹੀਂ ਹੋ ਜਿਹੜਾ ਚੁੱਪ ਹੈ, ਵੇਖੋ ਕਿਹੜਾ ਕਿਹੜਾ ਚੁੱਪ ਹੈ। ਬੋਲ ਜੀਬੇ ਚੰਦਰੀਏ ਬੋਲ, ਪਿੱਛੇ ਸਾਰਾ ਵਿਹੜਾ ਚੁੱਪ ਹੈ। ਕੋਈ ਰਾਸ਼ਟਰੀ ਪਾਰਟੀ 15 ਦਿਨ ਸੈਸ਼ਨ ਚੱਲਿਆ ਵਿਧਾਨ ਸਭਾ ਦਾ, ਜੇ ਇਸ ਮਨੁੱਖੀ ਅਧਿਕਾਰਾਂ ਦੇ ਮਸਲੇ ਤੇ ਕਿਸੇ ਨੇ ਜ਼ੁਬਾਨ ਵੀ ਖੋਲੀ ਹੋਵੇ ਸੁਖਪਾਲ ਸਿੰਘ ਖਹਿਰੇ ਤੋਂ ਇਲਾਵਾ ਤੇ ਨਾ ਲਓ, ਆਪਣੀ ਸਿਆਸਤ ਸਿਰ ਲਈਏ। ਔਰ ਮੈਂ ਫਿਰ ਇੱਕ ਗੱਲ ਕਹਿਣਾ ਵੀ ਆਪਣੇ ਹਮਾਇਤੀਆਂ ਨੂੰ ਨਾ ਮਾਰੀਏ। ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਸੀ, ਅੱਜ ਵੀ ਉਹ ਠੰਡੇ ਬੁਰਜ ਦੇ ਵਾਰਸ ਜਿਹੜੇ ਨੇ, ਕੋਈ ਬੁੜੈਲ ਦੇ ਵਿੱਚ, ਕੋਈ ਤਿਹਾੜ ਦੇ ਵਿੱਚ ਤੇ ਕੋਈ ਡਿਬਰੂਗੜ੍ਹ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਨੇ। ਪਰ ਉੱਥੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉੱਥੇ ਦੋ ਤਰ੍ਹਾਂ ਦੇ ਲੋਕ ਸੀ ਜੀ, ਦੋ ਤਰ੍ਹਾਂ ਦੇ ਲੋਕ ਸੀ ਉੱਥੇ। ਇੱਕ ਉਹ ਸੀ ਜਿਹੜੇ ਬੇਬਸ ਸੀ ਸਾਡੇ ਵਰਗੇ, ਜਿਹਨਾਂ ਨੂੰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜਾਂ ਇੱਕ ਮੋਹ ਪਿਆਰ ਸੀ, ਡਰ ਸੀ, ਪਰ ਉਹ ਮਹਿਸੂਸ ਕਰ ਰਹੇ ਸੀ ਜੋ ਹੋ ਰਿਹਾ ਇਹ ਗਲਤ ਹੈ, ਮਨ 'ਚ ਦੁੱਖ ਮਹਿਸੂਸ ਕਰ ਰਹੇ ਸੀ। ਪਰ ਉਸ ਦੂਜੀ ਕਿਸਮ ਨੂੰ ਅੱਜ ਛਾਂਗੀ ਲਾ ਦਿਓ ਕੌਮ ਦੇ ਵਿੱਚ, ਉੱਥੇ ਵੀ ਉਹ ਇੱਕ ਧਿਰ ਮਜੂਸ ਸੀ ਕੌਮ ਦੀ। ਉਸ ਭੀੜ ਦੇ ਵਿੱਚ ਜਦੋਂ ਸਾਹਿਬਜ਼ਾਦਿਆਂ ਨੂੰ ਚਿਣਿਆ ਜਾ ਰਿਹਾ ਸੀ ਕੰਧਾਂ ਦੇ ਵਿੱਚ, ਤੇ ਉੱਥੇ ਇੱਕ ਧਿਰ ਸੀ ਜਿਹੜੀ ਕਹਿੰਦੀ ਸੀ ਵੀ ਕੁਛ ਤੇ ਜ਼ੁਲਮ ਕੀਤਾ ਹੋਏਗਾ ਇਹਨਾਂ ਸਾਹਿਬਜ਼ਾਦਿਆਂ ਨੇ, ਮੁਗਲ ਬਾਦਸ਼ਾਹ ਕੋਈ ਪਾਗਲ ਥੋੜ੍ਹਾ ਜਿਹੜਾ ਇਹਨਾਂ ਨੂੰ ਸ਼ਹੀਦਾਂ ਨੂੰ ਕੰਧਾਂ 'ਚ ਚਿਣ ਰਿਹਾ। ਸੋ ਇਹ ਜਿਹੜੀ ਸਿੱਖਾਂ ਦੇ ਵਿੱਚ ਇੱਕ ਕਿਸਮ ਪੈਦਾ ਹੋਈ ਹੈ, ਜਿਹੜੀ ਹਰ ਗੱਲ ਦੇ ਵਿੱਚ ਸਾਨੂੰ ਹੀ ਦੋਸ਼ੀ ਮੰਨਦੀ ਹੈ ਕਿ ਸਾਡਾ ਹੀ ਕੋਈ ਨਾ ਕੋਈ ਦੋਸ਼ ਹੋਏਗਾ, ਸਰਕਾਰ ਪਾਗਲ ਥੋੜ੍ਹੀ ਹੈ ਜਿਹੜੀ ਡਿਬਰੂਗੜ੍ਹ ਭੇਜ ਦਿੰਦੀ ਹੈ ਉਹਨਾਂ ਨੂੰ। ਇਸ ਕਿਸਮ ਦੇ ਉੱਤੇ ਪੂਰਾ ਇਹਨਾਂ ਨੂੰ ਪੰਥਕ ਸਿਆਸਤ ਦੇ ਵਿੱਚੋਂ ਲਾਂਭੇ ਕਰਨ ਦੀ ਲੋੜ ਹੈ। ਜਿਹੜੇ ਪਬਲਿਕ ਡੋਮੇਨ ਦੇ ਵਿੱਚ ਆ ਕੇ ਸਾਡਾ ਹੀ ਕਸੂਰ ਕੱਢਦੇ ਨੇ, ਦੋਸ਼ੀ ਵੀ ਸਾਨੂੰ ਦੱਸਦੇ ਨੇ ਤੇ ਵਿਕਟਮ ਵੀ ਸਾਨੂੰ ਦੱਸਦੇ ਨੇ। ਸੋ ਇਹ ਬੇਨਤੀ ਹੈ ਕਿ ਅਗਲਾ ਸੰਘਰਸ਼ ਜੋ ਵੀ ਹੋਵੇ, ਪਰ ਮੇਰੀ ਹੱਥ ਜੋੜ ਕੇ ਝੋਲੀ ਅੱਡ ਕੇ ਬੇਨਤੀ ਹੈ, ਜਕਾਰਾ ਭਾਵੇਂ ਨਾ ਲਾਓ ਪਰ ਇੱਕ ਸਹਿਮਤੀ ਬਣਾਓ ਅੱਜ ਦੀ, ਅੱਜ ਕਿ ਇਹ ਇਕੱਠ ਸਾਂਝਾ ਸੁਨੇਹਾ ਕਿਸੇ ਵਫਦ ਦੇ ਰੂਪ ਦੇ ਵਿੱਚ, ਸਟੇਜ ਦੇ ਰੂਪ ਦੇ ਵਿੱਚ, ਜਕਾਰੇ ਦੇ ਰੂਪ ਦੇ ਵਿੱਚ ਇਹ ਹੁਕਮ ਲਾਵੇ ਉਹਨਾਂ ਸਿੰਘਾਂ ਨੂੰ ਕਿ ਉਹ ਆਪਣੀ ਭੁੱਖ ਹੜਤਾਲ ਖਤਮ ਕਰਨ ਤੇ ਇਹ ਸੰਘਰਸ਼ ਨੂੰ ਅੱਗੇ ਤੋਰੀਏ। ਜੇ ਤੁਹਾਡੀ ਇਜਾਜ਼ਤ ਹੈ, ਜਿਹੜੇ ਸਹਿਮਤ ਨੇ ਉਹ ਜਕਾਰੇ ਦੇ ਰੂਪ ਦੇ ਵਿੱਚ ਜਵਾਬ ਦੇਣ। ਬੋਲੇ ਸੋ ਨਿਹਾਲ, ਚੰਦ ਚੰਦ ਗਿਣਤੀ ਦੇ ਬੰਦੇ ਨੇ ਸਾਡੇ ਕੋਲ ਜਿਹੜੇ ਸਟੇਟ ਦੀ ਨੀਤੀਆਂ ਨੂੰ ਸਮਝਦੇ ਨੇ, ਉਹਦੇ ਚੋਂ ਵੀ ਚੰਦ ਨੇ ਜਿਹੜੇ ਸਟੇਟ ਦੀ ਨੀਤੀਆਂ ਨੂੰ ਸਮਝ ਕੇ ਅੱਗੇ ਸਮਝਾ ਸਕਦੇ ਨੇ, ਤੇ ਉਂਗਲਾਂ ਦੇ ਗਿਣਨ ਵਾਲੇ ਨੇ ਜਿਹੜੇ ਉਹਨਾਂ ਨੀਤੀਆਂ ਨੂੰ ਮੂੰਹ ਤੋੜ ਜਵਾਬ ਦੇ ਕੇ ਉਹਨਾਂ ਦੇ ਖਿਲਾਫ ਲੜ ਸਕਦੇ ਨੇ। ਸੋ ਉਹਨਾਂ ਨੂੰ ਬਚਾਈਏ, ਇਹ ਸਾਡੇ ਕੌਮ ਦਾ ਸਰਮਾਇਆ ਹੈ। ਨੌਜਵਾਨ ਇਹ ਸਟੇਟ ਦੀ ਨੀਤੀਆਂ ਨੂੰ ਸਮਝਦੇ ਨੇ, ਅੱਗੇ ਸਮਝਾ ਸਕਦੇ ਨੇ ਤੇ ਲੜਨ ਦੀ ਜੁਰਤ ਰੱਖਦੇ ਨੇ। ਇਹਨਾਂ ਦੀ ਜਾਨ ਸਾਡੇ ਲਈ ਕੀਮਤੀ ਹੈ, ਇਹ ਮਤਾ ਜ਼ਰੂਰ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਨਾ ਤੇ ਕੋਈ ਧੰਨਵਾਦ ਕਰਨਾ ਜੀ, ਭਾਈ ਜਾ ਸਕਦੀ ਹੈ ਕਿਉਂਕਿ ਤਿੰਨ ਮੈਂਬਰ ਜਿਹੜੇ ਨੇ ਸਿੱਧੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਨੇ, ਔਰ ਇਹ ਕਹਿ ਲਈਏ ਵੀ ਉਹ ਅਕਾਲੀ ਦਲ ਬਾਦਲ ਨਾਲ ਵੀ ਸੰਬੰਧਿਤ ਨੇ, ਤੋ ਉਹ ਇਹਦਾ ਇੱਕ ਪੋਜ਼ਿਟਿਵ ਰੋਲ ਵੀ ਨਿਭਾ ਸਕਦੇ ਨੇ ਕਿ ਹੋਰ 24 ਘੰਟਿਆਂ 48 ਘੰਟਿਆਂ ਨੂੰ ਜੇ ਕੋਈ ਗੱਠਜੋੜ ਦੀ ਗੱਲ ਤੁਰਦੀ ਹੈ ਤੇ ਅਕਾਲੀ ਦਲ ਕੇਂਦਰ ਨਾਲ ਇਹ ਸ਼ਰਤ ਤੈਅ ਕਰੇ ਗੱਠਜੋੜ ਦੀ ਕਿ ਪਹਿਲਾਂ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ, ਫਿਰ ਗੱਠਜੋੜ ਦੀ ਗੱਲ ਅੱਗੇ ਤੁਰੇ। ਬਿਲਕੁਲ ਠੀਕ ਗੱਲ ਹੈ, ਅਜਿਹੀ ਗੱਲਾਂ ਸਾਰੀਆਂ ਅਸੀਂ ਧਿਆਨ ਹੇਠ ਰੱਖ ਰਹੇ ਸੀ। ਇਸੇ ਤਰ੍ਹਾਂ ਵਿਦੇਸ਼ ਤੋਂ ਵੀਰਾਂ ਦਾ ਸੁਨੇਹਾ ਮੈਂ ਸਿਰਫ ਇੱਕ ਮਿੰਟ ਹੀ ਲਾਉਣਾ, ਜਿੱਥੇ ਦੇਸ਼ ਪੰਜਾਬ ਦੀ ਸੰਗਤ ਦਾ ਠਾਠਾ ਮਾਰਦਾ ਇਕੱਠ, ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਬੰਦੀ ਸਿੰਘਾਂ ਨੇ ਆਪਣਾ ਪਿਆਰ ਦਰਸਾ ਰਿਹਾ, ਉੱਥੇ ਪੰਥ ਪੰਜਾਬ ਲਈ ਹਮੇਸ਼ਾ ਚਿੰਤਤ ਰਹਿਣ ਵਾਲੇ ਸਿੱਖ ਡਾਇਸਪੋਰਾ ਨਾਲ ਵੀ ਡਟ ਕੇ ਖੜਾ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਅੰਟਾਰੀਓ ਗੁਰਦੁਆਰਾ ਕਮੇਟੀ ਤੋਂ ਕਿ ਜਿਹੜੀ ਸੂਬੇ ਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਦੀ ਸਾਂਝੀ ਕਮੇਟੀ ਹੈ ਅਤੇ ਹੋਰ ਪੰਥ ਦੀਆਂ ਜਿਹੜੀਆਂ ਸਰਮੋਰ ਸੰਸਥਾਵਾਂ ਨੇ ਉੱਥੋਂ ਦੀਆਂ, ਉਹਨਾਂ ਨੇ ਕਿਹਾ ਕਿ ਜਿਹੜੀਆਂ ਸੰਸਥਾਵਾਂ ਤੇ ਜਥੇਬੰਦੀਆਂ ਇਸ ਇਕੱਠ ਦੇ ਵਿੱਚ ਭੂਮਿਕਾ ਨਿਭਾ ਰਹੀਆਂ ਨੇ ਉਹ
ਸਾਰੀਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ, ਅਸੀਂ ਸਾਰੇ ਉਹਨਾਂ ਦੇ ਨਾਲ ਆ। ਮੌਂਟਰੀਅਲ ਗੁਰਦੁਆਰਾ ਕਮੇਟੀ ਮੈਂ ਪਹਿਲਾਂ ਵੀ ਹਾਜ਼ਰੀ ਲਵਾ ਚੁੱਕਾ ਹੈ, ਟੀਮ ਦੀਪ ਸਿੱਧੂ ਹਾਜ਼ਰੀ ਲਵਾ ਚੁੱਕਾ ਹੈ, ਇੰਗਲੈਂਡ ਤੋਂ ਬ੍ਰਿਟਿਸ਼ ਸਿੱਖ ਕੌਂਸਲ ਨਾਲ ਲਿਖਤੀ ਤੌਰ ਤੇ ਵੀ ਭੇਜਿਆ ਕਿ ਅਸੀਂ ਸਾਰੇ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਇਹ ਜਿਹੜੀ ਇਕੱਤਰਤਾ ਹੋਈ ਹੈ ਅਸੀਂ ਸਾਰੇ ਇਹਨਾਂ ਦੇ ਨਾਲ ਹਾਂ।